ਮਸਤਾਨੇ ਫਿਲਮ ਸਿਮੀ ਚਾਹਲ ਤਰਸੀਮ ਜੱਸੜ ਦੀਆਂ ਹਿੱਟ ਫਿਲਮਾਂ ਦੇ ਵਿੱਚ ਸ਼ਾਮਲ ਹੋ ਗਈ ਹੈ ਫਿਲਮ ਬਾਕਸ ਆਫਿਸ ਉੱਤੇ ਲਗਾਤਾਰ ਚੰਗਾ ਪ੍ਰਦਰਸ਼ਨ ਜਿਹੜਾ ਕਰ ਰਹੀ ਹੈ ਹੁਣ ਫਿਲਮ ਦੇ ਪਹਿਲੇ ਹਫ਼ਤੇ ਦਾ ਪੂਰਾ ਲੇਖਾ ਜੋਖੜਾ ਸਾਹਮਣੇ ਆ ਚੁੱਕਿਆ ਹੈ ਜੋ ਕਿਹਾ ਜਾ ਰਿਹਾ ਹੈ ਕਿ ਫਿਲਮ ਯਕੀਨਨ ਕੋਈ ਨਾ ਕੋਈ ਰਿਕਾਰਡ ਹੈ ਜਿਹੜਾ ਤੋੜ ਦੇਵੇਗੀ ਸੋ ਇਹ ਫਿਲਮ ਹੈ ਜਿਹੜੀ 25 ਅਗਸਤ ਨੂੰ ਰਿਲੀਜ਼ ਹੋਈ ਸੀ ਮਸਤਾਨੇ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 2.4 ਕਰੋੜ ਦੀ ਕਮਾਈ ਹੈ ਜਿਹੜੀ ਕੀਤੀ ਸੀ ਫਿਰ ਦੂਜੇ ਦਿਨ ਸ਼ਨੀਵਾਰ ਨੂੰ 3 ਕਰੋੜ ਰੁਪਏ ਤੀਜੇ ਦਿਨ ਐਤਵਾਰ ਨੂੰ 3.8 ਕਰੋੜ ਚੌਥੇ ਦਿਨ ਸੋਮਵਾਰ ਨੂੰ 1.7 ਕਰੋੜ ਪੰਜਵੇਂ ਦਿਨ ਮੰਗਲਵਾਰ ਨੂੰ 1.5 ਕਰੋੜ ਰੱਖੜੀ ਵਾਲੇ ਦਿਨ ਯਾਨੀ ਕਿ ਛੇਵੇਂ ਦਿਨ ਬੁੱਧਵਾਰ ਨੂੰ 2.2 ਕਰੋੜ ਅਤੇ ਸੱਤਵੇਂ ਦਿਨ ਵੀਰਵਾਰ ਨੂੰ ਫਿਲਮ ਨੇ 1.50 ਕਰੋੜ ਦੇ ਲਗਭਗ ਕਮਾਈ ਹੈ ਜਿਹੜੀ ਕੀਤੀ ਹੈ ਹੁਣ ਫਿਲਮ ਦਾ ਪੂਰੇ ਭਾਰਤ ਦੇ ਵਿੱਚ ਕਲੈਕਸ਼ਨ ਹੈ ਜਿਹੜਾ 16.10 ਕਰੋੜ ਹੋ ਚੁੱਕਿਆ ਮਸਤਾਨੇ ਫਿਲਮ ਸਿੱਖ ਇਤਿਹਾਸ ਤੇ ਆਧਾਰਤ ਕਹਾਣੀ ਹੈ ਇਸੇ ਲਈ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਬਹੁਤ ਸਾਰੇ ਦਰਸ਼ਕ ਹੈ ਜਿਹੜੇ ਮਿਲ ਰਹੇ ਹੈ ਲਗਾਤਾਰ ਹਾਊਸ ਫੁੱਲ ਹੈ ਜਿਹੜਾ ਜਾ ਰਿਹਾ ਹੈ ਸੋ ਬਜ਼ੁਰਗ ਲੋਕ ਵੀ ਜਿਹੜੇ ਇਸ ਫਿਲਮ ਨੂੰ ਦੇਖਣ ਆ ਰਹੇ ਆ